ਕੀ ਫਾਇਦਾ। ਉਹ ਜਿਹੜਾ ਪਿੰਡ ਦਾ ਭਲਾ ਨਹੀਂ ਸੋਚ ਸਕਦਾ, ਜਿਹੜਾ ਪਿੰਡ ਦਾ ਭਲਾ ਨਹੀਂ ਸੋਚ ਸਕਦਾ ਉਹਨੂੰ ਸਰਪੰਚ ਬਣਾਉਣ ਦਾ ਕੀ ਫਾਇਦਾ। ਗੁਰਦੁਆਰੇ ਤੇ ਮੰਦਿਰ ਮਸੀਦ ਤਾਈ ਬਣਦੇ ਹੋਏ ਨੂੰ ਢੋਣ ਦਾ ਕੀ ਫਾਇਦਾ। ਪੁੱਤਾਂ ਪਈ ਤੋਂ ਛੱਡ ਜੇ ਸਾਥ ਜਿਹੜਾ ਉਹਦੇ ਨਾਲ ਵਰਤਨ ਵਰਤਾਉਣ ਦਾ ਕੀ ਫਾਇਦਾ। ਇਹ ਗੱਲਾਂ ਨੇ ਖਾਲਸਾ ਰਾਜਨੀਤੀ ਸੁਣ ਕੇ ਨੂੰ ਭਲਾਉਣ ਦਾ ਕੀ ਫਾਇਦਾ। ਉਹ ਭਲਾ ਹੋਵੇ ਜਿਸ ਵਿੱਚ ਸਾਰੇ ਨਗਰ ਦਾ ਹੀ ਐਵੇਂ ਲੱਤਾਂ ਅਡਾਉਣ ਦਾ ਕੀ ਫਾਇਦਾ। ਮੂਰਖ ਕਹਿਣਗੇ ਸਾਨੂੰ ਸੁਣਾ ਤਾਂ ਸਹੀ, ਉੱਥੇ ਮਗਜ ਖਪਾਉਣ ਦਾ ਕੀ ਫਾਇਦਾ। ਜੇਕਰ ਸੁਨਾ ਪਰਿਵਾਰ ਨੇ ਬੈਠ ਕੇ ਨੀ ਖੰਡ ਪਾਠ ਕਰਾਉਣ ਦਾ ਕੀ ਫਾਇਦਾ। ਇਹ ਗੱਲਾਂ ਨੇ ਖਾਲਸਾ ਰਾਜਨੀਤੀ ਸੁਣ ਕੇ ਨੂੰ ਭਲਾਉਣ ਦਾ ਕੀ ਫਾਇਦਾ। ਉਹ ਇੱਜ਼ਤ ਨਾਲੋਂ ਨਾ ਹੋਰ ਕੋਈ ਚੀਜ਼ ਵੱਡੀ ਉਹਨੂੰ ਦਾਗ ਲਗਾਉਣ ਦਾ ਕੀ ਫਾਇਦਾ। ਸਾਨੂੰ ਸਿੱਖਾਂ ਨੂੰ ਗੁਰੂ ਗ੍ਰੰਥ ਤੋਂ ਬਿਨ ਹੋਰ ਥਾਂ ਸੀਸ ਝੁਕਾਉਣ ਦਾ ਕੀ ਫਾਇਦਾ। ਜੇਕਰ ਗਊਆਂ ਦੀ ਸੇਵਾ ਨਹੀਂ ਕਰਨੀ ਚੂਰੀ ਕੁੱਤਿਆਂ ਨੂੰ ਪਾਉਣ ਦਾ ਕੀ ਫਾਇਦਾ। ਇਹ ਗੱਲਾਂ ਨੇ ਖਾਲਸਾ ਰਾਜਨੀਤੀ ਸੁਣ ਕੇ ਨੂੰ ਭਲਾਉਣ ਦਾ ਕੀ ਫਾਇਦਾ। ਉਹ ਜੇ ਪ੍ਰਸ਼ਾਦ ਇੱਕੋ ਜਿਹਾ ਨਹੀਂ ਦੇਣਾ ਸਾਰਿਆਂ ਨੂੰ ਤੇਰੇ ਦੇਗ ਵਰਤਾਉਣ ਦਾ ਕੀ ਫਾਇਦਾ। ਔਖੀ ਵੇਲੇ ਜਿਸ ਕੀਤੀ ਮਦਦ ਹੋਵੇ ਉਹਦੇ ਗੁਣ ਭਲਾਉਣ ਦਾ ਕੀ ਫਾਇਦਾ। ਕੇ ਸੰਗਤ ਵਿੱਚ ਸ਼ਾਂਤੀ ਨਾ ਮਾਣੀ ਤਾਂ ਫਿਰ ਸੰਗਤ ਵਿੱਚ ਆਉਣ ਦਾ ਕੀ ਫਾਇਦਾ। ਇਹ ਗੱਲਾਂ ਨੇ ਖਾਲਸਾ ਰਾਜਨੀਤੀ ਸੁਣ ਕੇ ਨੂੰ ਭਲਾਉਣ ਦਾ ਕੀ ਫਾਇਦਾ। ਉਹ ਸ਼ਬਦ ਗੁਰੂ ਦਾ ਮਨ ਵਿੱਚ ਵਸਿਆ ਨੀ ਜੋਤਾਂ ਕੁੰਭ ਰਖਾਉਣ ਦਾ ਕੀ ਫਾਇਦਾ। ਐਵੇਂ ਪੜਕੇ ਨੀ ਚੱਜ ਦੀ ਗੱਲ ਕਰਨੀ ਤੇਰੇ ਪੜਨ ਪੜਾਉਣ ਦਾ ਕੀ ਫਾਇਦਾ। ਪਹਿਲੇ ਟੱਬਰ ਦੇ ਜਿਉਂਦਿਆਂ ਸਰਪੰਚ ਸਿੰਘਾਂ ਦੂਜਾ ਵਿਆਹ ਕਰਾਉਣ ਦਾ ਕੀ ਫਾਇਦਾ। ਇਹ ਗੱਲਾਂ ਨੇ ਖਾਲਸਾ ਰਾਜਨੀਤੀ ਸੁਣ ਕੇ ਨੂੰ ਭਲਾਉਣ ਦਾ ਕੀ ਫਾਇਦਾ। ਸਾਧੂ ਹੋ ਕੇ ਮਨ ਨੂੰ ਸਤਿਆਣਾ, ਸਾਧੂ ਹੋ ਕੇ ਮਨ ਨੂੰ ਸਤਿਆਣਾ, ਐਵੇਂ ਜੱਟਾਂ ਵਧਾਉਣ ਦਾ ਕੀ ਫਾਇਦਾ। ਉੱਚੇ ਵੇਖ ਕੇ ਕਿਸੇ ਦੇ ਮਹਿਲ ਸੋਹਣੇ, ਕੁੱਲੀ ਆਪਣੀ ਢੋਣ ਦਾ ਕੀ ਫਾਇਦਾ। ਸਾਨੂੰ ਸਿੱਖਾਂ ਦੇ ਘਰਾਂ ਵਿੱਚ ਜਨਮ ਲੈ ਕੇ, ਸਾਨੂੰ ਸਿੱਖਾਂ ਦੇ ਘਰਾਂ ਵਿੱਚ ਜਨਮ ਲੈ ਕੇ ਦਾੜੀ ਕੇਸ ਕਟਾਉਣ ਦਾ ਕੀ ਫਾਇਦਾ। ਇਹ ਗੱਲਾਂ ਨੇ ਖਾਲਸਾ ਰਾਜਨੀਤੀ ਸੁਣ ਕੇ ਨੂੰ ਭਲਾਉਣ ਦਾ ਕੀ ਫਾਇਦਾ।